ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦੋਸਤੋ ਸਫਤ ਅਕੈਡਮੀ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਇਸ ਵੀਡੀਓ ਵਿੱਚ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਈ-ਸ਼ਰਮ ਕਾਰਡ ਦੇ 2022 ਦੇ ਵਿੱਚ ਅੱਠ ਵੱਡੇ ਫਾਇਦੇ ਮਿਲਣ ਵਾਲੇ ਨੇ ਕਿਹੜੇ ਕਿਹੜੇ ਫਾਇਦੇ ਮਿਲਣ ਵਾਲੇ ਨੇ ਸਾਰੀ ਡਿਟੇਲ ਦੇ ਵਿੱਚ ਤੁਹਾਨੂੰ ਜਾਣਕਾਰੀ ਮੁਹੱਈਆ ਕਰਵਾ ਰਹੇ ਹਾਂ ਜਿਹੜਾ 500 ਮਹੀਨਾ ਮਿਲਣਾ ਉਸ ਤੋਂ ਇਲਾਵਾ ਵੀ ਜਿਹੜੇ ਅੱਠ ਵੱਡੇ ਫਾਇਦੇ ਮਿਲਣ ਵਾਲੇ ਨੇ ਪਹਿਲੇ ਦੀ ਗੱਲ ਕਰਦੇ ਆਪਾਂ 2 ਲੱਖ ਰੁਪਏ ਤੱਕ ਦਾ ਜਿਹੜਾ ਦੁਰਘਟਨਾ ਬੀਮਾ ਤੁਹਾਨੂੰ ਇਹਦੇ ਵਿੱਚ ਉਪਲਬਧ ਹੋ ਸਕਦਾ ਹੈਗਾ ਠੀਕ ਹੈ ਜੀ ਤਾਂ ਜਿਨ੍ਹਾਂ ਨੇ ਈਸ਼ਰਬ ਕਾਰਡ ਨਹੀਂ ਬਣਾਏ ਤਾਂ ਜਰੂਰ ਬਣਾਉਣ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਆਉਣ ਵਾਲੇ ਸਮੇਂ ਵਿੱਚ ਸਰਕਾਰ ਵੱਲੋਂ ਮਜ਼ਦੂਰਾਂ ਨਹੀਂ ਲਿਆਂਦੀ ਗਈ ਕਿਸੇ ਵੀ ਸਹੂਲਤ ਦਾ ਸਿੱਧਾ ਲਾਭ ਮਿਲੇਗਾ ਤੁਹਾਨੂੰ ਇਹਦੇ ਵਿੱਚ ਉਸ ਤੋਂ ਬਾਅਦ ਨੰਬਰ ਆਪਾਂ 3 ਦੀ ਗੱਲ ਕਰਦੇ ਹਾਂ ਜਿਹੜਾ ਨੰਬਰ 3 ਦੇ ਵਿੱਚ ਦੋਸਤੋ ਕੀ ਹੈਗਾ ਇਹ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਭਵਿੱਖ ਵਿੱਚ ਪੈਨਸ਼ਨ ਦੀ ਸਹੂਲਤ ਮਿਲ ਸਕਦੀ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਨੰਬਰ 4 ਦੀ ਨੰਬਰ 4 ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮਹਿੰਗੇ ਇਲਾਜ ਵਿੱਚ ਵਿੱਤੀ ਸਹਾਇਤਾ ਤੁਹਾਨੂੰ ਇਹਦੇ ਵਿੱਚ ਮਿਲ ਸਕਦੀ ਹੈ ਨੰਬਰ 4 ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਮੈਟਰਨਿਟੀ ਬੈਨੀਫਿਟ ਦੇ ਤਹਿਤ ਜੇਕਰ ਕੋਈ ਗਰਭਤੀ ਮਹਿਲਾ ਕਰਮਚਾਰੀ ਕੰਮ ਕਰਨ ਵਿੱਚ ਅਸਮਰਥ ਹੈ ਤਾਂ ਉਸ ਨੂੰ ਅਤੇ ਉਸਦੇ ਬੱਚਿਆਂ ਨੂੰ ਦੇਖਭਾਲ ਅਤੇ ਮਹਿੰਗੇ ਰੱਖ-ਰਖਾਵ ਲਈ ਜਿਹੜੀ ਪੂਰੀ ਬਵਸਥਾ ਦਾ ਲਾਭ ਮਿਲੇਗਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਨੰਬਰ 6 ਦੀ ਘਰ ਬਣਾਉਣ ਲਈ ਤੁਹਾਨੂੰ ਇਹਦੇ ਵਿੱਚ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਨੰਬਰ 7 ਦੀ ਬੱਚਿਆਂ ਦੀ ਸਿੱਖਿਆ ਦੇ ਲਈ ਜਿਹੜੀ ਵਿੱਤੀ ਸਹਾਇਤਾ ਤੁਹਾਨੂੰ ਇਹਦੇ ਵਿੱਚ ਮਿਲਣ ਵਾਲੀ ਹੈ ਉਸ ਤੋਂ ਬਾਅਦ 8 ਨੰਬਰ ਦੀ ਗੱਲ ਕਰਦੇ ਆਂ ਹੁਨਰ ਜਿਹੜਾ ਅਪਗ੍ਰੇਡੇਸ਼ਨ ਲਈ ਵਿੱਤੀ ਸਹਾਇਤਾ ਤੁਹਾਨੂੰ ਇਹਦੇ ਵਿੱਚ ਦਿੱਤੀ ਜਾਵੇਗੀ ਤਾਂ ਇਹ ਦੋਸਤੋ 8 ਵੱਡੇ ਫਾਇਦੇ ਤੁਹਾਡੇ ਲਈ ਲੈ ਕੇ ਆਏ ਸੀਗੇ ਤਾਂ ਇਸ ਤੋਂ ਇਲਾਵਾ ਤੁਹਾਨੂੰ 500 ਰੁਪਏ ਮਹੀਨਾ ਜਿਹੜਾ ਮਿਲਣਾ ਹੈਗਾ ਅਲੱਗ-ਅਲੱਗ ਸਟੇਟਾਂ ਵਿੱਚ ਉਹ ਦਿੱਤੇ ਜਾ ਰਹੇ ਨੇ ਜਦੋਂ ਵੀ ਕੋਈ ਨਵੀਂ ਜਾਣਕਾਰੀ ਨਿਕਲ ਕੇ ਆਵੇਗੀ ਤੁਹਾਨੂੰ ਉਸਦੀ ਜਾਣਕਾਰੀ ਦਿੱਤੀ ਜਾਵੇਗੀ ਉਦੋਂ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ